ਕੋਈ ਵੀ ਪਾਕਿਸਤਾਨ ਖਿਲਾੜੀ ਕਿਸੇ ਟੀਮ ਦੇ ਵਿੱਚ ਨਹੀਂ ਹੋਣਾ ਚਾਹੀਦਾ। ਤੇ ਵਰਲਡ ਕੱਪ ਦੇ ਵਿੱਚ ਮੈਂ ਵਰਲਡ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿਣਾ ਚਾਹੂੰਗਾ ਕ੍ਰਿਕਟ ਦੀ ਕਿ ਵਰਲਡ ਟੂਰਨਾਮੈਂਟ ਦੇ ਵਿੱਚ ਪਾਕਿਸਤਾਨ ਦਾ ਟੋਟਲ ਬਾਈਕਾਟ ਕੀਤਾ ਜਾਵੇ, ਕਿਉਂਕਿ ਉਹ ਟੈਰਰਿਸਟ ਕੰਟਰੀ ਹੈ। ਸਾਡੀ ਪੰਜਾਬ ਪੁਲਿਸ ਕੋਈ ਮਾੜੀ ਨਹੀਂ ਹੈਗੀ, ਬਹੁਤ ਜਲਦੀ ਉਹ ਪਿਕਅਪ ਕਰਦੀ ਹੈ ਹਰ ਚੀਜ਼ ਨੂੰ। ਪਿੰਡਾਂ ਦੇ ਵਿੱਚ ਜਿਹੜੇ ਨਸ਼ੇ ਵੇਚਦੇ ਨੇ ਜਾਂ ਨਸ਼ੇ ਕਰਦੇ ਨੇ ਉਹਨਾਂ ਨੂੰ ਇੱਕ ਵਾਰ ਸਲਾਖਾਂ ਪਿੱਛੇ ਸੱਟਣਾ ਚਾਹੀਦਾ। KDT ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਰਜੀਤ ਸਿੰਘ। ਇੱਕ ਮੁਲਾਕਾਤ ਪ੍ਰੋਗਰਾਮ ਦੇ ਜ਼ਰੀਏ ਅੱਜ ਅਸੀਂ ਇੱਕ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਤੁਹਾਨੂੰ, ਜੋ ਕਿ ਹਮੇਸ਼ਾ ਗਰੀਬਾਂ ਦੇ ਹੱਕ ਸੱਚ ਲਈ ਖੜ੍ਹਦੇ ਨੇ, ਉਹਨਾਂ ਦੀ ਢਾਲ ਬਣ ਕੇ ਖੜ੍ਹ ਜਾਂਦੇ ਨੇ। ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਕਿਸੇ ਵੀ ਗਰੀਬ ਸੱਜਣ ਨੂੰ, ਤਾਂ ਉਹਦਾ ਹਮੇਸ਼ਾ ਸਾਥ ਦਿੰਦੇ ਨੇ। ਸਾਡੇ ਨਾਲ ਅੱਜ ਬਣੇ ਹੋਏ ਨੇ ਸਰਦਾਰ ਨਰਿੰਦਰ ਸਿੰਘ ਸਰਾਂ ਜੀ, ਜੋ ਕਿ ਪ੍ਰਧਾਨ ਨੇ ਆਵਾਜ਼ ਪੰਜਾਬ ਯੂਥ ਫੈਡਰੇਸ਼ਨ ਦੇ। ਸਰ, ਸਵਾਗਤ ਹੈ ਸਾਡੇ ਚੈਨਲ ਦੇ ਇਸ ਪ੍ਰੋਗਰਾਮ ਦੇ ਵਿੱਚ, ਇੱਕ ਮੁਲਾਕਾਤ ਦੇ ਵਿੱਚ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰਧਾਨ ਆਵਾਜ਼ ਪੰਜਾਬ ਯੂਥ ਫੈਡਰੇਸ਼ਨ ਨਰਿੰਦਰ ਸਿੰਘ ਸਰਾਂ, ਸਟਾਫ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ। ਅੱਜ ਅਸੀਂ ਕੁਛ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਸਰ, ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਮੈਂ ਕਿ ਜਿਹੜਾ ਪੁਲਵਾਮਾ ਦੇ ਵਿੱਚ ਹਮਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪੁਲਵਾਮਾ ਦੇ ਵਿੱਚ ਜਿਹੜਾ ਹਮਲਾ ਹੋਇਆ ਜੀ, ਦੇਖੋ ਬਹੁਤ ਦੁਖਦਾਇਕ ਘਟਨਾ ਹੋਈ ਆ ਉਹ, ਜਿਸ ਵਿੱਚ ਸਾਡੇ ਫੌਜੀ ਵੀਰ ਜਿਨ੍ਹਾਂ ਕਰਕੇ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਸੌਂਦੇ ਹਾਂ, ਉਹਨਾਂ ਦੀ ਸੁਰੱਖਿਆ ਉਹਨਾਂ ਦੇ ਕਰਕੇ ਜਾਂ ਉਗਰਵਾਦੀਆਂ ਨਾਲ ਉਹਨਾਂ ਦੀ ਮੁੱਠਭੇੜ ਜਿਹੜੀ ਹੁੰਦੀ ਆ, ਉਹਦੇ ਵਿੱਚ ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦਾ ਹੈਗਾ ਮੇਰੇ ਹਿਸਾਬ ਦੇ ਨਾਲ। ਇੱਕ ਇਹ ਪੁਲਵਾਮਾ ਹਮਲੇ ਤੋਂ ਸਾਨੂੰ ਇੱਕ ਸਬਕ ਲੈਣਾ ਚਾਹੀਦਾ ਵਾ, ਜਿਹੜੇ ਕਸ਼ਮੀਰੀ ਪੱਥਰਬਾਜ਼ ਨੇ ਫੌਜੀਆਂ 'ਤੇ ਪਥਰਾਵ ਕਰਦੇ ਨੇ, ਕੁਛ ਹੋਰ ਕਰਦੇ ਨੇ, ਜਾਂ ਪਾਣੀ ਜਾਂ ਬੋਟਲ ਬੰਬ ਤੱਕ ਉਹ ਵੀ ਸੁੱਟਦੇ ਨੇ, ਫਿਰ ਵੀ ਸਾਡੇ ਫੌਜੀ ਵੀਰਾਂ ਨੂੰ ਰਾਈਟ ਨਹੀਂ ਹੈਗਾ ਕਿ ਉਹਨਾਂ ਨੂੰ ਉਹ ਗੋਲੀ ਮਾਰ ਦੇਣ। ਦੇਖੋ ਜੀ, ਮੈਂ ਸੈਂਟਰ ਗੌਰਮੈਂਟ ਨੂੰ ਕਹਿਣਾ ਚਾਹੂੰਗਾ ਕਿ ਸਾਡੇ ਫੌਜੀ ਵੀਰਾਂ ਨੂੰ ਇਹ ਖੁੱਲ੍ਹ ਦਿੱਤੀ ਜਾਵੇ, ਅਤੇ ਉਸ ਤੋਂ ਬਾਅਦ ਆਪਾਂ ਪਾਕਿਸਤਾਨ ਦੀ ਜਿਹੜੀ ਅੰਮ੍ਰਿਤਸਰ ਟੂ ਪਾਕਿਸਤਾਨ ਜਾਂ ਦਿੱਲੀ ਟੂ ਪਾਕਿਸਤਾਨ ਬੱਸ ਚੱਲਦੀ ਆ ਉਹ ਬੰਦ ਹੋਣੀ ਚਾਹੀਦੀ ਆ, ਅਤੇ ਜਿੰਨਾ ਸਾਡਾ ਪਾਕਿਸਤਾਨ ਨਾਲ ਕਾਰੋਬਾਰ ਚੱਲ ਰਿਹਾ ਵਾ ਉਹ ਬੰਦ ਟੋਟਲ ਬਾਈਕਾਟ ਹੋਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਉਹਦਾ ਟੋਟਲ ਬਾਈਕਾਟ। ਕੋਈ ਵੀ ਫੇਸਬੁੱਕ, ਵਟਸਐਪ ਜਾਂ ਟਵਿੱਟਰ 'ਤੇ ਪਾਕਿਸਤਾਨ ਦਾ ਕੋਈ ਪਾਕਿਸਤਾਨ ਕੰਟਰੀ ਦਾ ਕੋਈ ਵੀ ਐਡ ਆਉਂਦੀ ਆ ਜਾਂ ਪ੍ਰੋਡਕਟ ਦੀ ਐਡ ਆਉਂਦੀ ਆ ਉਹਨੂੰ ਟੋਟਲ ਅਨਲਾਈਕ ਕਰੋ, ਡਿਸਲਾਈਕ ਕਰੋ, ਤਾਂ ਕਿ ਉਹਨੂੰ ਅਸੀਂ ਪ੍ਰਮੋਟ ਨਾ ਕਰੀਏ। ਅਤੇ ਉਸ ਤੋਂ ਬਾਅਦ ਜਿਹੜੇ ਵਰਲਡ ਕੱਪ ਆਪਣਾ ਹੋਣ ਵਾਲਾ ਹੈਗਾ ਜਾਂ ਫਿਰ IPL ਹੁੰਦੇ ਨੇ, IPL ਵੀ ਆਉਣ ਵਾਲੇ ਨੇ ਹੁਣ, ਉਹਦੇ ਵਿੱਚ ਮੈਂ ਚਾਹੂੰਗਾ ਇੰਡੀਅਨ ਪ੍ਰੀਮੀਅਰ ਲੀਗ ਦੇ ਚੀਫ ਨੂੰ ਕਿ ਕੋਈ ਵੀ ਪਾਕਿਸਤਾਨ ਖਿਲਾੜੀ ਕਿਸੇ ਟੀਮ ਦੇ ਵਿੱਚ ਨਹੀਂ ਹੋਣਾ ਚਾਹੀਦਾ। ਅਤੇ ਵਰਲਡ ਕੱਪ ਦੇ ਵਿੱਚ ਮੈਂ ਵਰਲਡ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿਣਾ ਚਾਹੂੰਗਾ ਕ੍ਰਿਕਟ ਦੀ ਕਿ ਵਰਲਡ ਟੂਰਨਾਮੈਂਟ ਦੇ ਵਿੱਚ ਪਾਕਿਸਤਾਨ ਦਾ ਟੋਟਲ ਬਾਈਕਾਟ ਕੀਤਾ ਜਾਵੇ, ਕਿਉਂਕਿ ਉਹ ਟੈਰਰਿਸਟ ਕੰਟਰੀ ਹੈ। ਲੁਧਿਆਣਾ ਦੇ ਵਿੱਚ ਗੈਂਗ ਰੇਪ ਹੋਇਆ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਸੀ ਇਹ। ਕੁਛ ਲੜਕਿਆਂ ਵੱਲੋਂ ਰੇਪ ਕੀਤਾ ਗਿਆ ਰਾਤ ਦੇ ਸਮੇਂ। ਯੂਥ ਇਸ ਪਾਸੇ ਦੀ ਆਪਣੀ ਸੋਚ ਬਣਾ ਰਿਹਾ, ਮਾੜੀ ਸੋਚ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ, ਇਹਦੇ ਬਾਰੇ ਕੀ ਤੁਹਾਡੇ ਵਿਚਾਰ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਲੋਕ ਅਵੇਅਰ ਹੋਣ, ਜਿਹੜਾ ਸਾਡਾ ਯੂਥ ਆ ਉਹਨਾਂ ਦੇ ਪੇਰੈਂਟਸ ਉਹ ਅਵੇਅਰ ਹੋਣ, ਸਾਊਥ ਸਿਟੀ ਵਾਲੀ ਵਰਗੀਆਂ ਖਾਲੀ ਸੜਕਾਂ ਨੇ ਜਿਹੜੀਆਂ, ਉੱਥੇ ਯੰਗ ਜਨਰੇਸ਼ਨ ਨੂੰ ਖਾਸ ਕਰਕੇ ਕਪਲਸ ਨੂੰ ਨਹੀਂ ਜਾਣਾ ਚਾਹੀਦਾ ਹੈਗਾ। ਅਤੇ ਸੈਕੰਡਲੀ, ਜੇ ਕੋਈ ਇੰਸੀਡੈਂਟ ਇਹੋ ਜਿਹਾ ਹੋ ਜਾਂਦਾ ਹੈਗਾ ਵਾ ਤਾਂ ਤੁਰੰਤ ਪੁਲਿਸ ਨੂੰ ਇਨਫੋਰਮ ਕਰੋ। ਸਾਡੀ ਪੰਜਾਬ ਪੁਲਿਸ ਕੋਈ ਮਾੜੀ ਨਹੀਂ ਹੈਗੀ, ਬਹੁਤ ਜਲਦੀ ਉਹ ਪਿਕਅਪ ਕਰਦੀ ਆ ਹਰ ਚੀਜ਼ ਨੂੰ। ਦੇਖੋ, ਜਦੋਂ ਕੰਪਲੇਂਟ ਕੀਤੀ ਉਹਨਾਂ ਨੇ ਅਤੇ ਮੇਰਾ ਖਿਆਲ ਤੀਜਾ ਦਿਨ ਸਾਰੇ ਦੋਸ਼ੀ ਅਰੈਸਟ ਕਰ ਲਿੱਤੇ ਗਏ, ਉਹਨਾਂ ਨੂੰ ਕੰਪਲੇਂਟ ਹੀ 24 ਘੰਟੇ ਬਾਅਦ ਕੀਤੀ ਆ, ਲੇਟ ਮਿਲੀ ਹੈ। ਜਦਕਿ ਜਿਹੜੇ ਜਿਨ੍ਹਾਂ ਨੇ ਕਿਡਨੈਪਿੰਗ ਕੀਤੀ, ਜਿਨ੍ਹਾਂ ਨੇ ਬੰਦਿਆਂ ਨੇ ਰੇਪ ਕੀਤੇ, ਉਹਨਾਂ ਨੇ ਫਰੋਤੀ ਮੰਗੀ ਉਹਦੇ ਫਰੈਂਡ ਤੋਂ, ਉਹਨੂੰ ਜਦੇ ਹੀ ਇਨਫੋਰਮ ਕਰਨਾ ਚਾਹੀਦਾ ਸੀਗਾ। ਅਤੇ ਸੈਕਿੰਡ, ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾਂ ਕਿ ਜਿਹੜੀਆਂ ਖਾਲੀ ਸੜਕਾਂ ਨੇ PCR ਦੀ ਗਸ਼ਤ ਵਧਾਉਣ, ਅਤੇ ਜਿੰਨੇ ਵੀ ਸ਼ੱਕੀ ਤੱਤ ਹੈਗੇ ਨੇ ਜਾਂ ਮਾੜੇ ਤੱਤ ਹੈਗੇ ਨੇ ਪਿੰਡਾਂ ਦੇ ਵਿੱਚ ਜਿਹੜੇ ਨਸ਼ੇ ਵੇਚਦੇ ਨੇ ਜਾਂ ਨਸ਼ੇ ਕਰਦੇ ਨੇ, ਉਹਨਾਂ ਨੂੰ ਇੱਕ ਵਾਰ ਸਲਾਖਾਂ ਪਿੱਛੇ ਸੱਟਣਾ ਚਾਹੀਦਾ,
ਤਾਂ ਹੀ ਇਹ ਨਸ਼ੇ ਦਾ ਅਤੇ ਆਪਣਾ ਕ੍ਰਾਈਮ ਫ੍ਰੀ ਪੰਜਾਬ ਦਾ ਸੁਪਨਾ ਸਾਕਾਰ ਹੋ ਸਕਦਾ। ਕੀ ਵਾਕਈ ਗੈਂਗ ਰੇਪ ਦੇ ਪਿੱਛੇ ਜ਼ਿਆਦਾ ਕਸੂਰਵਾਰ ਤੁਸੀਂ ਲੜਕਿਆਂ ਨੂੰ ਮੰਨਦੇ ਹੋ? ਦੇਖੋ ਜੀ, ਮੈਂ ਕਸੂਰਵਾਰ, ਚਲੋ ਉਹ ਤਾਂ ਹੈਗਾ ਹੀ ਹੈਗੇ ਨੇ, ਕਿਹਨੇ ਗੈਂਗ ਰੇਪ ਕੀਤਾ, ਉਹਨਾਂ ਨੂੰ ਤਾਂ ਮੈਂ ਚਲੋ ਮੰਨਦਾ ਹੀ ਮੰਨਦਾ, ਜੋ ਵੀ ਬਣਦੀ ਸਜ਼ਾ ਹੋਊਗੀ ਆਪਣੇ ਸੈਸ਼ਨ ਕੋਰਟ ਦੀ ਜਾਂ ਇੰਡੀਅਨ ਕੋਰਟ ਦੀ, ਉਹਦੇ ਅਗੇਂਸਟ ਉਹਨਾਂ ਨੂੰ ਸਜ਼ਾ ਮਿਲ ਜੂਗੀ। ਪਰ ਮੈਂ ਜਿਹੜੇ ਕਪਲ ਉੱਥੇ ਗਿਆ ਸੀਗਾ, ਯੰਗ ਯੂਥ ਜਾਂਦਾ ਵਾ ਉੱਥੇ, ਮੈਂ ਮੇਨ ਦੋਸ਼ੀ ਤਾਂ ਉਹਨਾਂ ਨੂੰ ਮੰਨਦਾ ਵਾਂ। ਘਰ ਦੇ ਉਹਨਾਂ ਨੂੰ ਕਿਵੇਂ ਪਰਮਿਸ਼ਨ ਦੇ ਦਿੰਦੇ ਨੇ, ਜਾਂ ਉਹ ਘਰ ਤੋਂ ਬਿਨਾਂ ਪੁੱਛੇ ਲੁੱਕ ਕੇ ਜਾਂਦੇ ਨੇ, ਚਲੋ ਉਹਨਾਂ ਕੋਲ ਗੱਡੀਆਂ ਨੇ, ਪੈਸਾ ਹੈਗਾ, ਠੀਕ ਆ, ਲੁਧਿਆਣੇ 'ਚ ਇੰਨੀ ਭੀੜ ਭੜੱਕੇ ਵਾਲੀ ਜਗ੍ਹਾ ਨੇ, ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ, ਲੇਜ਼ਰ ਵੈਲੀਜ਼ ਵਰਗੇ ਪਾਰਕ ਬਣੇ ਹੋਏ ਨੇ, ਤੁਸੀਂ ਚਲੋ ਠੀਕ ਆ, ਅੱਜ ਕੱਲ੍ਹ ਫੈਸ਼ਨ ਹੋ ਗਿਆ ਫਰੈਂਡਸ਼ਿਪ ਦਾ, ਅਮਰੀਕਾ ਤੋਂ ਉੱਪਰ ਮੇਰਾ ਖਿਆਲ ਇੰਡੀਆ ਚੱਲ ਜਾਣਾ, ਆਪਣਾ ਪੰਜਾਬ ਅਮਰੀਕਾ ਤੋਂ ਉੱਪਰ ਚੱਲ ਜਾਣਾ ਵਾ, ਪਰ ਅਮਰੀਕਾ ਵਰਗੇ ਕਾਨੂੰਨ ਇੱਥੇ ਨਹੀਂ ਹੈਗੇ। ਅਮਰੀਕਾ ਪੰਜਾਬ ਨਹੀਂ ਬਣ ਸਕਦਾ, ਇੰਡੀਆ ਨਹੀਂ ਬਣ ਸਕਦਾ ਹੈਗਾ। ਤੋ ਇਹਦੇ 'ਚ ਸਾਨੂੰ ਯੂਥ ਨੂੰ ਹੀ ਅਵੇਅਰ ਹੋਣਾ ਪੈਣਾ ਵਾ ਕਿ ਅਸੀਂ ਇਹੋ ਜਿਹੀ ਖਾਲੀ ਥਾਂ 'ਤੇ ਨਾ ਜਾਈਏ ਅਤੇ ਗੱਡੀ ਨਾ ਰੋਕੀਏ ਜੇ ਸਾਨੂੰ ਕੋਈ ਇਹੋ ਜਿਹਾ ਸ਼ਖਸ ਮਿਲਦਾ। ਅੱਜ ਕੱਲ੍ਹ ਫੈਸ਼ਨ ਹੋ ਗਿਆ ਜੀ, ਲਿਫਟ ਮੰਗ ਲੈਂਦੇ ਨੇ, ਲਿਫਟ ਮੰਗ ਕੇ ਅੱਗੇ ਲੁੱਟਾ ਖੋਹਾ ਕਰਦੇ ਨੇ। ਯੂਥ ਨੂੰ ਇਹ ਚਾਹੀਦਾ ਕਿ ਲਿਫਟ ਨਹੀਂ ਦੇਣੀ ਚਾਹੀਦੀ ਹੈਗੀ। ਸਰ, ਲੁਧਿਆਣੇ ਦੀ ਜੇ ਆਪਾਂ ਗੱਲ ਕਰੀਏ, ਲੁਧਿਆਣਾ ਸਿਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ, ਲੁਧਿਆਣੇ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਆ, ਟ੍ਰੈਫਿਕ ਦਾ ਬਹੁਤ ਬੁਰਾ ਹਾਲ ਆ, ਥੋੜ੍ਹਾ ਜਿੰਨੀ ਜੇ ਬਾਰਿਸ਼ ਵੀ ਹੁੰਦੀ ਆ, ਅਤੇ ਅੱਜ ਵੀ ਆਪਾਂ ਦੇਖ ਸਕਦੇ ਹਾਂ ਹੁਣ 2-4 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਆ, ਰੋਡ ਦੇ ਉੱਪਰ ਕੀ ਹਾਲ ਨੇ, ਕੀ ਬੁਰਾ ਹਾਲ ਆ ਸਭ ਪਾਸੇ ਪੂਰੇ ਲੁਧਿਆਣੇ ਸਿਟੀ ਵਿੱਚ, ਪਰ ਇਹਦੇ ਬੋਰਡ ਲੱਗੇ ਹੋਏ ਨੇ ਜਗ੍ਹਾ ਜਗ੍ਹਾ, ਲੁਧਿਆਣਾ ਸਮਾਰਟ ਸਿਟੀ, ਕੀ ਵਿਚਾਰ ਨੇ? ਸਰ ਚਲੋ ਠੀਕ ਆ, ਇੰਡਸਟਰੀਅਲ ਦੇ ਵਿੱਚ ਲੁਧਿਆਣਾ ਸਮਾਰਟ ਸਿਟੀ ਹੈਗਾ ਵਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਮੇਨ ਇੰਡਸਟਰੀ ਆ ਪੰਜਾਬ ਦਾ, ਦਿਲ ਆ ਲੁਧਿਆਣਾ। ਇਹਦੇ ਵਿੱਚ ਹੁਣ ਸਰਵ ਹਾਈਵੇਸ ਬਣੇ ਆ ਆਪਣੇ, ਸਰਵ ਲੇਨ ਦੇ ਨਾਲ ਹਾਈਵੇ ਔਰ ਸਰਵ ਲੇਨ ਦੇ ਵਿਚਾਲੇ ਟਰੰਚਾਂ ਬਣੀਆਂ ਹੋਈਆਂ ਨੇ, ਜਿਹੜਾ ਕਿ ਰੇਨ ਵਾਟਰ ਨੂੰ ਸਟੋਰ ਕਰਕੇ ਧਰਤੀ ਦੇ ਵਿੱਚ ਲੈ ਕੇ ਜਾਂਦਾ ਵਾ। ਪਰ ਮੈਨੂੰ ਨਹੀਂ ਲੱਗਦਾ ਉਹ ਧਰਤੀ 'ਚ ਜਾਂਦਾ ਵਾ ਪਾਣੀ, ਕਿਉਂਕਿ ਉੱਥੇ ਮੈਨੂੰ ਬੋਰ ਤਾਲੇ ਤੱਕ ਕੋਈ ਦੇਖਿਆ ਨਹੀਂ, ਨਾ ਮੈਨੂੰ ਕਦੇ ਮਸ਼ੀਨ ਲੱਗੀ ਦੇਖੀ ਆ ਉੱਥੇ, ਉਹ ਸਿਰਫ ਕੰਕਰੀਟ ਕਰ ਦਿੰਦੇ ਨੇ ਚਾਰੋਂ ਪਾਸਿਓ। ਤਾਂ ਸਰਵਿਸ ਲੇਨ ਦੇ ਪਾਣੀ ਜਿੰਨਾ ਉਹਦੇ 'ਚ ਟਰੰਚ ਦੇ ਵਿੱਚ ਆਉਣਾ ਵਾ ਓਨਾ ਆਉਣਾ, ਬਾਕੀ ਤਾਂ ਸੜਕਾਂ 'ਤੇ ਹੀ ਖੜ੍ਹਨਾ। ਹਾਂ, ਉਹਦੇ ਨਾਲ ਸੜਕਾਂ ਟੁੱਟਦੀਆਂ ਨੇ, ਅਤੇ ਮੁੱਖ ਕਾਰਨ ਟ੍ਰੈਫਿਕ ਦਾ ਆਪਣੇ ਆ ਜਾਂਦੇ ਨੇ। ਦੇਖੋ ਜੀ, ਇਲੀਗਲ ਆਟੋਜ਼, ਇਲੀਗਲ ਤਰੀਕੇ ਨਾਲ ਬੱਸਾਂ ਖੜ੍ਹਨੀਆਂ, ਇਲੀਗਲ ਤਰੀਕੇ ਨਾਲ ਸਵਾਰੀਆਂ ਚੜ੍ਹਾਉਣੀਆਂ ਉਤਾਰਨੀਆਂ, ਵਿਚਾਲੇ ਸੜਕਾਂ 'ਤੇ ਰੋਕ ਲੈਣਗੇ, ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਹੈਗਾ। ਮੈਂ ਪੁਲਿਸ ਪ੍ਰਸ਼ਾਸਨ ਨੂੰ, ADCP ਸਾਹਿਬ ਨੂੰ ਇਹਦੇ ਉੱਤੇ ਅਸੀਂ ਮੈਮੋਰੈਂਡਮ ਵੀ ਦੇਣਾ, ਨੈਕਸਟ ਵੀਕ ਅਸੀਂ ਤਿਆਰ ਕਰ ਰਹੇ ਹਾਂ। ਉਹਦੇ 'ਚ ਖਾਸ ਖਾਸ ਚੌਂਕ ਜਿਹੜੇ ਕਿ ਜਿੱਥੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਹੁੰਦਾ ਵਾ, ਉਹ ਸਾਰੀਆਂ ਚੀਜ਼ਾਂ ਅਸੀਂ ਉਹਦੇ 'ਚ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਉਣਾ, ਤਾਂ ਕਿ ਉਹਦੇ 'ਚ ਜਲਦੀ ਤੋਂ ਜਲਦੀ ਆਪਣਾ ਸੁਧਾਰ ਹੋ ਸਕੇ। ਅਤੇ ਇਹਦੇ ਵਿੱਚ ਸਾਡੀ ਫੈਡਰੇਸ਼ਨ ਆਵਾਜ਼ ਪੰਜਾਬ ਯੂਥ ਫੈਡਰੇਸ਼ਨ ਜਿਹੜੀ ਹੈਗੀ ਆ, ਇਹ ਵੀ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ, ਜੇ ਸਾਡੇ ਵਲੰਟੀਅਰ ਦੀ ਕਿਸੇ ਦੀ ਲੋੜ ਹੈਗੀ ਆ ਚੌਂਕ ਦੇ ਵਿੱਚ, ਉਹ ਵੀ ਡਿਊਟੀ ਕਰਨ ਨੂੰ ਤਿਆਰ ਨੇ। ਜਿਵੇਂ ਕਿ ਸਵੇਰ ਦੇ ਆਵਰਸ ਹੁੰਦੇ ਨੇ 8 ਵਜੇ ਤੋਂ 8:30 ਵਜੇ ਤੋਂ ਲੈ ਕੇ 10 ਵਜੇ ਤੱਕ ਲੁਧਿਆਣੇ ਦੀ ਹਰ ਸੜਕ ਦੇ ਉੱਤੇ ਟ੍ਰੈਫਿਕ ਹੁੰਦਾ ਵਾ, ਅਤੇ ਉਸ ਤੋਂ ਬਾਅਦ ਸ਼ਾਮ ਨੂੰ 4:30-5 ਵਜੇ ਤੋਂ ਲੈ ਕੇ 9 ਵਜੇ ਤੱਕ ਟ੍ਰੈਫਿਕ ਹੀ ਟ੍ਰੈਫਿਕ ਹੁੰਦਾ ਵਾ। ਕੋਈ ਸਿਗਨਲ, ਬੰਦੇ ਸਿਗਨਲ ਤੋੜਦੇ ਨੇ। ਅੱਜ ਮੇਰੇ ਨਾਲ ਇੰਸੀਡੈਂਟ ਹੋਇਆ ਸਵੇਰੇ, ਵਰਧਮਾਨ ਚੌਂਕ 'ਚ ਰੈੱਡ ਲਾਈਟ ਹੋ ਗਈ, ਮੈਂ ਖੜ੍ਹ ਗਿਆ, ਪਿੱਛੋਂ ਬੰਦਾ ਆਇਆ ਵਿੱਚ ਮੇਰੇ ਬੁਲਟ ਦੇ ਵਿੱਚ ਮੋਟਰਸਾਈਕਲ ਮਾਰਿਆ। ਦੱਸੋ, ਰੈੱਡ ਲਾਈਟ ਹੀ ਨਹੀਂ ਦੇਖਦੀ, ਲੋਕਾਂ ਨੂੰ ਅਵੇਅਰਨੈਸ ਦੀ ਕਮੀ ਹੈ, ਲੋਕਾਂ 'ਚ ਵੀ ਕਮੀ ਹੈ। ਹਾਂ, ਲੋਕਾਂ ਦੇ ਵਿੱਚ ਹੀ ਜ਼ਿਆਦਾ ਕਮੀ ਹੈ। ਦੇਖੋ, 300 ਦਾ ਚਲਾਨ ਕਰਦੇ ਨੇ, ਰੈੱਡ ਲਾਈਟ ਜੰਪ ਹੋਈ, ਮੌਕੇ 'ਤੇ 300 ਰੁਪਈਏ ਦਾ ਚਲਾਨ ਹਰੇਕ ਕੋਈ ਭਰ ਦੂਗਾ, ਚਲਾਨ ਹੀ ਵਧਾ ਦਿਓ। ਕਮ ਸੇ ਕਮ ਡਰ ਹੋਵੇ ਲੋਕਾਂ ਦੇ ਵਿੱਚ ਵੀ, ਹਾਂ ਕਮ ਵੀ ਪੈਸੇ ਜ਼ਿਆਦਾ ਨੇ, ਚਲਾਨ ਭਰਨਾ ਔਖਾ ਲੱਗ ਰਿਹਾ। ਬਿਲਕੁਲ, ਚਲਾਨ ਭਰਨਾ ਔਖਾ ਲੱਗ ਰਿਹਾ ਵਾ। ਉਸ ਤੋਂ ਬਾਅਦ ਕੋਰਟ ਕਚਹਿਰੀਆਂ ਦੇ ਵਿੱਚ ਏਜੰਟ ਨੇ, ਇਹ ਰੂਲ ਹੋਣਾ ਚਾਹੀਦਾ ਵਾ, ਜਿਹੜੇ ਬੰਦੇ ਦਾ ਚਲਾਨ ਹੋਇਆ ਵਾ ਉਹ ਆਪ ਹੀ ਮੌਕੇ 'ਤੇ ਆ ਕੇ ਭਰੇ ਚਲਾਨ, ਤਾਂ ਕਿ ਉਹਨੂੰ ਪਤਾ ਲੱਗੇ ਕਿ ਅਸੀਂ ਰੂਲ ਐਂਡ ਰੈਗੂਲੇਸ਼ਨ ਫੋਲੋ ਨਹੀਂ ਕਰਦੇ, ਤਾਂ ਅਸੀਂ ਉਹਦਾ ਨੁਕਸਾਨ ਆਪਾਂ ਝੇਲਦੇ ਹਾਂ। ਮਾਰਚ ਮਹੀਨਾ ਆਉਣ ਵਾਲਾ ਸਰ, ਸਕੂਲਾਂ ਦੀ ਜੇ ਆਪਾਂ ਹੁਣ ਗੱਲ ਕਰੀਏ, ਲੁਧਿਆਣਾ ਸਿਟੀ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਵੀ ਗੱਲ ਕਰਦੇ ਹਾਂ ਵੀ ਪ੍ਰਾਈਵੇਟ ਸਕੂਲ ਬਹੁਤ ਜ਼ਿਆਦਾ ਹੋ ਗਏ ਨੇ, ਹੈ ਨਾ? ਸੋ ਦਾਖਲਾ ਜਿਹੜਾ ਆ, ਦਾਖਲਾ ਫੀਸ ਆ, ਹਰ ਵਾਰ ਦਾਖਲਾ ਫੀਸ ਵਧਾ ਦਿੱਤੀ ਜਾਂਦੀ ਆ, ਫੀਸਾਂ ਹਰ ਮਹੀਨੇ ਵੱਧ ਰਹੀਆਂ ਨੇ, ਪਰ ਬੱਚਿਆਂ ਨੂੰ ਉੱਦਾਂ ਦਾ ਜਿਵੇਂ ਹੁਣ ਪਹਿਲਾਂ ਹੁੰਦਾ ਸੀ ਕਿ ਸਰਕਾਰੀ ਸਕੂਲ, ਅੱਜ ਵੀ ਸਰਕਾਰੀ ਸਕੂਲਾਂ ਦੇ ਵਿੱਚ ਖੇਡਾਂ ਕਰਾਈਆਂ ਜਾਂਦੀਆਂ ਨੇ ਬੱਚਿਆਂ ਨੂੰ, ਖੋ ਖੋ, ਕਬੱਡੀ ਜਾਂ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਸੀ ਜਿਹੜੀਆਂ ਸਾਡੀਆਂ, ਹਾਕੀ ਲਾ ਲਓ, ਫੁੱਟਬਾਲ ਲਾ ਲਓ, ਉਹ ਖੇਡਾਂ ਨਹੀਂ ਖੜਾਈਆਂ ਜਾ ਰਹੀਆਂ।
ਪਰ ਫੀਸਾਂ ਦਰ ਬਦਰ ਵੱਧਦੀਆਂ ਜਾ ਰਹੀਆਂ ਨੇ। ਇੱਕ ਗਰੀਬ ਤਬਕਾ ਹੈ ਜਿਹੜਾ, ਜਾਂ ਮੀਡੀਅਮ ਕਲਾਸ ਵੀ ਆ, ਉਹਦੇ 'ਤੇ ਬਹੁਤ ਪ੍ਰੈਸ਼ਰ ਪੈ ਰਿਹਾ ਮਾਪਿਆਂ ਦੇ ਉੱਤੇ, ਬੱਚਿਆਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਪਰਸੈਂਟਜ ਦਾ ਤੁਹਾਡੀ ਇੰਨੇ ਪਰਸੈਂਟ ਨੰਬਰ ਆਏ ਨੇ ਜਾਂ ਇੰਨੇ। ਪਰ ਉਸ ਦੂਸਰੇ ਪਾਸੇ ਇਹ ਨਹੀਂ ਦੇਖ ਰਹੇ ਉਹ ਟੀਚਰ ਸਾਹਿਬਾਨ ਜਾਂ ਮਾਪਿਆਂ ਨੂੰ ਇਹ ਨਹੀਂ ਸਿਖਾਇਆ ਜਾ ਰਿਹਾ ਕਿ ਤੁਹਾਡੇ ਬੱਚੇ ਦੇ ਅੰਦਰ ਟੈਲੈਂਟ ਕੀ ਆ, ਉਹ ਬੱਚਿਆਂ ਦੇ ਟੈਲੈਂਟ ਨੂੰ ਦੱਬਿਆ ਜਾ ਰਿਹਾ ਅੱਜ, ਉਹਦੇ ਬਾਰੇ ਕੀ ਵਿਚਾਰ ਨੇ? ਦੇਖੋ ਜੀ, ਉਹਦੇ ਲਈ ਮੈਂ ਕਹਿਣਾ ਚਾਹੂੰਗਾ, ਪਹਿਲਾਂ ਤਾਂ ਅਮੈਰੀਕਾ, ਕਨੇਡਾ ਜਾਂ ਆਪਾਂ ਅਬਰੋਡ ਦੀ ਗੱਲ ਕਰਦੇ ਹਾਂ, ਸਾਡੇ ਬੱਚੇ ਅਕਸਰ ਹੀ ਪਲੱਸ ਟੂ ਕਰਨ ਤੋਂ ਬਾਅਦ ਪੰਜਾਬ ਦੇ, ਖਾਸ ਕਰਕੇ ਪੰਜਾਬ ਦੇ ਦੁਆਬਾ ਸਾਈਡ ਦੇ, ਠੀਕ ਹੈ ਜੀ, ਬਾਹਰ ਚਲ ਜਾਂਦੇ ਨੇ। ਕਿਉਂ ਜਾਂਦੇ ਨੇ ਬਾਹਰ? ਕਿਉਂਕਿ ਉੱਥੇ ਸਟੱਡੀ ਸਕਿੱਲ, ਸੈਲਰੀ ਸਕਿੱਲ ਅਤੇ ਇੰਪਲੋਇਮੈਂਟ ਸਾਰਾ ਕੁਝ ਵਧੀਆ ਵਾ, ਸਕਿੱਲਸ ਹੈਗੀਆਂ ਨੇ। ਸਾਡਾ, ਆਪਾਂ ਇੱਥੇ ਆ ਜਾਂਦੇ ਹੁਣ, ਸਾਡਾ ਜਿਹੜਾ ਬੇਸ ਆ ਨਰਸਰੀ, ਯੂ ਕੇ ਜੀ, ਐੱਲ ਕੇ ਜੀ ਤੋਂ ਸ਼ੁਰੂ ਹੁੰਦਾ ਹੈਗਾ ਵਾ, ਉਹਨਾਂ ਦੇ ਜਿਹੜੇ ਬੱਚਿਆਂ ਦੇ ਬੈਗ ਹਨ, ਤੁਸੀਂ ਯੂ ਕੇ ਜੀ ਵਾਲੇ ਬੱਚੇ ਦੇ ਬੈਗ ਲੈ ਲਓ, ਕਿੰਨੇ ਭਰੇ ਪਏ ਨੇ, ਅੰਨਾ ਕੁ ਜਵਾਕ ਹੁੰਦਾ ਵਾ ਅਤੇ ਉਹਦੇ ਵਜਨ ਨਾਲੋਂ ਵੱਧ ਭਾਰੀ ਬੈਗ ਹੁੰਦਾ ਵਾ। ਅਤੇ ਸਰਕਾਰੀ ਸਕੂਲਾਂ ਦੇ ਵਿੱਚ ਫਰਕ ਆ, ਉਹਦੇ 'ਚ ਇੰਨੀਆਂ ਕਿਤਾਬਾਂ ਨਹੀਂ, ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਤਾਬਾਂ ਜ਼ਿਆਦਾ, ਸਿਲੇਬਸ ਜ਼ਿਆਦਾ, ਸੀ ਬੀ ਐੱਸ ਈ ਬੋਰਡ ਦਾ, ਪੰਜਾਬ ਬੋਰਡ ਨਾਲੋਂ, ਠੀਕ ਹੈ ਜੀ। ਉਸ ਤੋਂ ਬਾਅਦ ਉਹਦੀਆਂ ਫੀਸਾਂ ਜ਼ਿਆਦਾ ਨੇ, ਫੀਸਾਂ ਹਰ ਸਾਲ ਡੋਨੇਸ਼ਨ, ਮਾਂ ਪਿਓ ਕਹਿੰਦੇ ਨੇ ਕਿ ਸਾਡਾ ਬੱਚਾ ਚੰਗੇ ਸਕੂਲ 'ਚ ਪੜ੍ਹੇ, ਚਲੋ ਠੀਕ ਆ, ਪੜ੍ਹਨਾ ਚਾਹੀਦਾ ਵਾ, ਪਰ ਪੜ੍ਹਾਈ ਵੀ ਦੇਖਣੀ ਚਾਹੀਦੀ ਆ। ਮੇਰੇ ਹਿਸਾਬ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਸੀ ਬੀ ਐੱਸ ਈ ਬੋਰਡ ਨਾਲੋਂ ਵਧੀਆ ਪੜ੍ਹਾਈ ਹੁੰਦੀ ਆ, ਅਤੇ ਉੱਥੇ ਗੇਮਾਂ ਵੀ ਨੇ। ਦੇਖੋ, ਟੀਚਰਸ ਵਧੀਆ ਐਜੂਕੇਟਡ ਟੀਚਰਸ ਨੇ ਇਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ, ਨਾਲੇ ਫੀਸ ਘੱਟ ਆ। ਇਹ ਗੌਰਮੈਂਟ ਨੂੰ ਹੀ ਇੱਕ ਲਾਅ ਇਹੋ ਜਿਹਾ ਪਾਸ ਕਰਨਾ ਚਾਹੀਦਾ ਵਾ ਕਿ ਜਿਹੜਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ੍ਹੂਗਾ ਉਹਨੂੰ ਹੀ ਸਰਕਾਰੀ ਜੋਬ ਦਿੱਤੀ ਜਾਵੇ। ਅਤੇ ਉਸ ਤੋਂ ਪਹਿਲਾਂ ਇੱਕ ਹੋਰ ਲਾਅ ਜਿਹੜਾ ਹੋਣਾ ਚਾਹੀਦਾ, ਜਿੰਨੇ ਵੀ ਸਰਕਾਰੀ ਇੰਪਲੋਈ ਨੇ ਉਹ ਤਨਖਾਹ ਤਾਂ ਸਰਕਾਰ ਤੋਂ ਲੈਂਦੇ ਆ, ਮੁੜ ਕੇ ਪੈਨਸ਼ਨ ਵੀ ਲੈਂਦੇ ਆ, ਅਤੇ ਜੇਬਾਂ ਭਰਦੇ ਨੇ ਸੀ ਬੀ ਐੱਸ ਈ ਸਕੂਲ ਵਾਲੇ, ਪ੍ਰਾਈਵੇਟ ਸਕੂਲਾਂ ਦੀਆਂ। ਉਹਨਾਂ ਨੂੰ ਵੀ ਰੂਲ ਹੋਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਜਾਣ, ਜਿਹੜੀ ਡੋਨੇਸ਼ਨ ਉਹ ਉੱਥੇ ਦਿੰਦੇ ਨੇ ਉਹਦੇ ਵਿੱਚ ਸਰਕਾਰ ਦੀ ਹੈਲਪ ਕਰਨ, ਸਰਕਾਰ ਦੀ ਹੈਲਪ ਕਰਨ, ਪੈਸੇ ਦੇਣ, ਫਿਲਟਰ ਲਵਾ ਦੇਣ, ਵਾਟਰ ਕੂਲਰ, ਪੱਖੇ, ਬਿਲਡਿੰਗ ਫੰਡ, ਸਾਰਾ ਕੁਝ ਦੇਣ। ਉਹ ਕਿਉਂ ਨਹੀਂ ਦਿੰਦੇ ਹੈਗੇ? ਇੱਥੇ ਜੇ ਉਹ 20,000-25,000 ਦੇ ਸਕਦੇ ਆ ਸਾਲ ਦਾ, ਉੱਥੇ ਉਹ 10,000 ਨਹੀਂ ਦੇ ਸਕਦੇ? ਸੋ ਬੜੇ ਵਧੀਆ ਵਿਚਾਰ ਪੇਸ਼ ਕੀਤੇ ਸਰਦਾਰ ਨਰਿੰਦਰ ਸਿੰਘ ਸਰਾਂ ਜੀ ਨੇ। ਸਰਾਂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ। ਕੇ ਡੀ ਟੀ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ, ਜਿਹੜਾ ਅੱਜ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ। ਵਿਚਾਰ ਦੇਖੋ ਔਰ ਆਪਣੇ ਕਮੈਂਟ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।